ਸਮੈਕ ਕਿਉਂ ਨਹੀਂ ਬੰਦ ਕਰਦੇ? ਸਮੈਕ ਬੰਦ ਹੋਣੀ ਚਾਹੀਦੀ। ਬੇਨਤੀ ਆ ਵੇਲੋ ਹੱਥ ਜੋੜ ਦੇ। ਸਾਰੇ ਜਨਾਨੀ ਮੇਰੀ ਬੱਚੇ ਚੱਲ ਗਏ ਆ। ਸਮੈਕ ਕਿਉਂ ਨਹੀਂ ਬੰਦ ਕਰਦੇ? ਮਹਾਰਾਜ ਮੇਰੀ ਗੱਲ ਸੁਣ, ਕਿਹੜਾ ਸਮੈਕ ਰਿਹਾ? ਮੇਰੀ ਗੱਲ ਸੁਣੋ ਵੀ, ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ, ਤੁਸੀਂ ਜੋ ਵੀ ਹੈਗੇ, ਮੈਂ ਚੰਗਾ ਬਲਾ ਬੁੱਢਾ, ਤੁਸੀਂ ਸਮੈਕ ਕਿਉਂ ਨਹੀਂ ਬੰਦ ਕਰਦੇ? ਤੈਨੂੰ ਕੀ ਲੱਗਦਾ ਵੀ ਸਮੈਕ ਬੰਦ ਹੋਣੀ ਚਾਹੀਦੀ ਆ? ਸਮੈਕ ਬੰਦ ਹੋਣੀ ਚਾਹੀਦੀ। ਕਿਉਂ ਨਹੀਂ ਹੁੰਦੀ ਇਹ ਮੇਰੀ ਬਾਰ? ਦੇਖੋ ਬੇਨਤੀ ਇੱਕ ਵੀ ਕਿਉਂ ਨਹੀਂ ਬੰਦ ਹੁੰਦੀ ਮੈਨੂੰ ਇਹ ਦੱਸੋ। ਮੈਂ ਇੱਕ ਤੁਹਾਡਾ ਬੱਚਾ ਛੋਟਾ ਜਿਹਾ ਵੀ, ਚਲੋ ਕੋਈ ਗੱਲ ਨਹੀਂ, ਇਹ ਮੱਲੇ ਮੇਰੇ ਬੰਦ ਹੋਣੀ ਚਾਹੀਦੀ। ਸੋ ਵੇਖੋ, ਨਸ਼ਾ ਕਰਨ ਵਾਲੇ ਵੀ ਖੁਦ ਕਹਿ ਰਹੇ ਆ ਵੀ ਸਮੈਕ ਜਿਹੜੀ ਆ ਇਹ ਬੰਦ ਹੋਣੀ ਚਾਹੀਦੀ ਆ। ਹਾਂਜੀ, ਆਹ ਹਾਲਾਤ ਨੇ ਤੇ ਮੇਰੀ ਬੇਨਤੀ ਆ ਵੇਲੋ ਹੱਥ ਜੋੜ ਦਿੰਦਾ। ਆ ਵੇਖੋ, ਹੱਥ ਜੋੜ ਕੇ ਜਿਹੜੇ ਕਰ ਰਹੇ ਨੇ ਉਹ ਵੀ ਹੱਥ ਜੋੜ ਰਹੇ ਆ ਵੀ ਇਹ ਬੰਦ ਹੋਣੀ ਚਾਹੀਦੀ ਆ। ਹੁਣ ਇਹਦੇ ਵਿੱਚ ਪਤਾ ਨਹੀਂ ਵੀ ਕੀ ਕਾਰਨ ਆ, ਇਹਨਾਂ ਦੀ ਵੀ ਕਿਹੜੀ ਮਜਬੂਰੀ ਆ ਜਿਹੜਾ ਇਹ ਪੀਣ ਡਏ ਨੇ। ਜੇ ਇਹ ਵਿਕੂਗੀ ਨਹੀਂ, ਜੇ ਇਹ ਨਸ਼ੇ ਦੀ ਤਸਕਰੀ ਨਹੀਂ ਹੋਊਗੀ ਤੇ ਇਹ ਲੋਕ ਜਿਹੜੇ ਆ ਉਹ ਕਿੱਥੋਂ ਪੀਣਗੇ? ਸੋ ਆ ਵੇਖ ਲਓ, ਹੱਥ ਜੋੜ ਰਿਹਾ ਬੰਦਾ। ਹੱਥ ਜੋੜ ਦੇਣਾ ਮਹਾਰਾਜ ਮੈਨੂੰ, ਮੇਰੇ ਬੱਚੇ ਵੀ ਹੈਗੇ। ਹਾਂਜੀ, ਮੇਰੀ ਕੁੜੀ ਵੀ ਹੈਗੀ, ਸਾਰੇ ਜਨਾਨੀ ਮੇਰੀ ਬੱਚੇ ਚੱਲ ਗਏ ਆ। ਮਹਾਰਾਜ ਪਹਿਲੋਂ ਹੱਥ ਜੋੜ ਦੇਣਾ ਮੈਂ, ਇਹ ਕਿਉਂ ਨਹੀਂ ਹੱਥ ਬੰਦ ਹੋਣੀ ਚਾਹੀਦੀ ਆ ਸਮੈਕ? ਅੱਛਾ, ਬੱਚੇ ਵੀ ਜਿਹੜੇ ਆ ਉਹ ਚੱਲ ਗਏ ਆ? ਚੱਲ ਗਏ। ਠੀਕ ਆ, ਤੂੰ ਚਾਹੁੰਦਾ ਵਾ ਵੀ ਮੈਂ ਨਸ਼ਾ ਜਿਹੜਾ ਉਹ ਛੱਡਾਂ? ਅੱਛਾ, ਵੀ ਮੇਰਾ ਛੱਡਾ ਦੋ ਯਾਰ। ਤੂੰ ਚਾਹੁੰਦਾ ਵਾ ਵੀ ਮੈਂ ਨਸ਼ਾ ਜਿਹੜਾ ਵਾ ਮੇਰਾ ਮੈਂ ਛੱਡ ਦਾਂ? ਇੱਥੇ ਮਿਲਦਾ ਕਿੱਥੋਂ? ਆਏ ਇੱਥੋਂ ਹੀ, ਜੰਡਿਆਲੇ ਚੋਂ ਹੀ? ਸਾਰੇ ਜੰਡਿਆਲੇ ਫਿਰ ਵੀ ਪੈਸੇ ਲੈ ਕੇ ਭਰਦੇ ਨਹੀਂ ਇਹ? ਅੱਛਾ ਅੱਛਾ, ਜੰਡਿਆਲੇ ਦੇ ਵਿੱਚੋਂ ਹੀ ਮਿਲੀ ਜਾਂਦਾ ਵਾ। ਆਹ ਹਾਲਾਤ ਨੇ ਜੀ ਪੰਜਾਬ ਦੇ, ਪੰਜਾਬ ਦਾ ਸ਼ਹਿਰ ਜੰਡਿਆਲਾ ਗੁਰੂ। ਸੋ ਜੋਤੀਸਰ ਕਲੋਨੀ ਦੇ ਜਿਹੜੇ ਹਾਲਾਤ ਆ ਉਹ ਵੇਖ ਸਕਦੇ ਜੇ ਤੁਸੀਂ, ਕਿ ਨਸ਼ੇ ਦੇ ਵਿੱਚ ਨੌਜਵਾਨ ਜਿਹੜਾ ਵਾ ਉਹ ਪੂਰਾ ਟੱਲੀ ਆ। ਸੋ ਵਾਰ ਵਾਰ ਇਹ ਵੀਡੀਓ ਜਿਹੜੀਆਂ ਵਾ ਇਹ ਤੁਹਾਨੂੰ ਤਾਂ ਵਿਖਾਈ ਦੀਆਂ ਵਾ ਕਿ ਨਾ ਤਾਂ ਚਾਈਨਾ ਡੋਰ ਬੰਦ ਹੋਈ ਆ ਅਤੇ ਨਾ ਹੀ ਨਸ਼ੇ ਦਾ ਜਿਹੜਾ ਵਾ ਦਰਿਆ ਵਾ ਇਹ ਬੰਦ ਹੋਇਆ, ਇਹ ਉਸੇ ਤਰ੍ਹਾਂ ਹੀ ਮਗਨ ਡਿਆ ਵਾ। ਸੋ ਨੌਜਵਾਨੀ ਜਿਹੜੀ ਆ ਉਹ ਪੰਜਾਬ ਦੀ ਵੇਖੋ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਖਰਾਬ ਹੋ ਰਹੀ ਆ, ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਧਿਆਨ ਨਹੀਂ ਦਿੱਤਾ ਜਾਂਦਾ। ਸੋ ਇਹ ਆ ਜੀ ਜੰਡਿਆਲਾ ਗੁਰੂ ਸ਼ਹਿਰ। ਸੋ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ, ਜਿਹੜੀ ਤਿੰਨਾਂ ਹਫ਼ਤਿਆਂ ਜਾਂ ਤਿੰਨਾਂ ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਕੇ ਆਈ ਸੀ, ਉਹ ਬਿਲਕੁਲ ਹੀ ਝੂਠ ਸਾਬਤ ਹੋ ਰਿਹਾ ਵਾ। ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨੀ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ। ਸੋ ਇਹ ਜੰਡਿਆਲਾ ਗੁਰੂ ਜੋਤੀਸਰ ਕਲੋਨੀ। ਸੋ ਆਏ ਦਿਨ ਹੀ ਕੋਈ ਨਾ ਕੋਈ ਨੌਜਵਾਨ, ਕੋਈ ਨਾ ਕੋਈ ਜਿਹੜੀ ਲੜਕੀਆਂ ਤੱਕ ਜਿਹੜੀਆਂ ਵਾ ਉਹ ਨਸ਼ੇ ਦੇ ਵਿੱਚ ਜਿਹੜਾ ਵਾ ਉਹ ਟੱਲੀ ਮਿਲਦੀਆਂ। ਸੋ ਆਹ ਹਾਲਾਤ ਨੇ ਜੰਡਿਆਲਾ ਗੁਰੂ ਸ਼ਹਿਰ ਦੇ।